ਧਾਲੀਵਾਲ ਦੇ ਚਾਚੇ ਨੇ ਗੁਰੀ ਵਰਗਿਆਂ ਦੇ ਗੁਰਪ੍ਰੀਤ ਵਰਗਿਆਂ ਦੇ ਕਬੱਡੀ ਉਪਦੇਸ਼ ਖਰੇ ਦੇ ਖਿਡਾਰੀ ਨੇ ਮੇਰੇ ਜੀ ਬਹੁਤ ਦੁੱਖ ਲੱਗ ਗਿਆ ਜੱਫਾ ਤਾਂ ਵੀ ਗਿਆ ਲੱਗਿਆ ਕਿ ਚੜ ਗਿਆ ਨਸ਼ਾ ਜੀ ਨੇ ਸਾਰਾ ਕੁਝ ਟੱਕਾ ਦੇ ਨੰਬਰ ਸਮੇਂ ਜਾਫੀ ਦੀ ਇਸੇ ਜੁਰਦਾ ਹੋਇਆ ਹੈ ਪਾਰ ਕਬਰੂਆ ਕਬੱਡੀ ਖੇਡ ਗਰਾਊਂਡ ਵਿੱਚ ਫੁਰਜ ਹਰੀ ਸਿੰਘ ਵਾਲਾ ਕਬੱਡੀ ਵਧਾ ਹੋਇਆ ਹੈ ਆਹ ਮੈਚ ਤੋਂ ਬਾਅਦ ਸਾਡੀ ਬੇਨਤੀ ਹੈ ਕਿ ਦੋਨੋਂ ਟੀਮਾਂ ਗਰਾਊਂਡ ਵਿੱਚ ਆ ਜਾਣਗੀਆਂ ਬਾਖਾ ਤੇ ਸੂਰਜਾਪੁਰ ਦਾ ਮੈਚ ਖੇਡਿਆ ਜਾਵੇਗਾ ਆਮੇ ਤੋਂ ਅੱਪੂਆ ਤੇ ਨੈਣੇਵਾਲ ਨਾਟੂਵਾਲ ਤੇ ਹਿਸਵਾਲ ਵੀ ਇਹ ਸਾਰੀਆਂ ਟੀਮਾਂ ਨੂੰ ਬੇਨਤੀ ਆ ਕਿ ਕਿਰਪਾ ਕਰਕੇ ਟੀਮਾਂ ਦੇ ਸੋਨੂ ਮਾਸਟਰ ਸਾਡਾ ਵੀਰ ਹੈ ਸੋਨੂ ਮਾਸਟਰ ਉਸ ਦੇ ਵਿੱਚ ਤਾਂ ਬਾਰੇ ਕਰਦੇ ਦੱਸਣ ਦੀ ਲੋੜ ਨਹੀਂ ਕਾਕੀ ਆਪਰੇ ਸਾਰੇ ਖਿਡਾਰੀ ਫਿਰ ਜਾਣਗੇ ਸੋਨੂ ਸਾਡਾ ਵੀਰ ਵੀ ਆ ਚੁੱਕੇ ਆ ਇਸ ਦੇ ਵਿੱਚ ਧੰਨਵਾਦ ਆ ਤੇ ਉੱਧਰ ਸਾਹਮਣੇ ਕਹਿੰਦੇ ਪਈ ਹੋਈ ਕਬੱਡੀ ਦਿੱਤੀ ਦੋਨੇ ਜਾਫੀ ਤਿਆਰ ਨੇ ਪਰ ਕਿਹੜਾ ਜਾਫੀ ਸਫਲ ਆਵੇਗਾ ਫੁਰਜ ਵਾਲਾ ਸਾਡਾ ਵੀਰ ਬਿਨਾਂ ਸਫਰ ਕਰ ਲਵੇ ਫੁਰਜ ਹਰੀ ਸਿੰਘ ਵਾਲਾ ਸਾਡਾ ਵੀਰ ਬਿਨਾਂ ਸਫਰ ਕਰ ਲਵੇ ਕਿਉਂਕਿ ਮੁੰਡੇ ਨਾਲ ਤਕੜੀ ਕਬੱਡੀ ਖੇਡੀ ਹੈ ਸਾਡੇ ਵੀਰ ਦੇ ਆਪ ਹੀ ਕਿਉਂਕਿ ਸਾਡਾ ਭਰਾ ਵਾ ਕਿਉਂਕਿ ਇੰਡੀਆ ਦੇ ਵਿੱਚ ਸਾਡੇ ਵੀਰ ਨੇ ਬਹੁਤ ਤਕੜੀ ਰੀਡ ਪਾਈ ਹੈ ਕਿਉਂਕਿ ਇਕੱਠੇ ਰਹੇ ਆ ਅੱਜ ਕੱਲ੍ਹ ਜਿਹੜਾ ਸਾਡੇ ਵੀਰ ਦਾ ਧੰਨਵਾਦ ਆ ਡੱਗੇ ਵਰਗੇ ਗੁਰਪ੍ਰੀਤ ਵਰਗੇ ਧੰਨਵਾਦ ਆ ਜੱਗੇ ਦੀ ਕਹਿੰਦੇ ਕਬੱਡੀ ਪਿੰਡ ਜਾ ਰਹੀ ਹੈ ਸਰਦਾਰ ਮੁੰਡਾ ਇਸ ਨੇ ਕਬੱਡੀ ਪਾਉਣੀ ਵੱਧ ਸਰਦਾਰੀ ਬੜੀ ਔਖੀ ਮਿਲੀ ਹੈ ਆਹ ਸਰਦਾਰ ਦੀ ਖਾਤਰ ਸਾਡੇ ਗੁਰੂਆਂ ਨੇ ਸਾਰਾ ਪਰਿਵਾਰ ਮਾਰ ਦਿੱਤਾ ਵੀ ਤਾਂ ਕਿ ਜਾਗੇ ਸਰਦਾਰੀ ਮਿਲੀ ਹੈ ਗੁਰੂ ਕਿ ਤੇਰੇ ਦੇਸ਼ ਦਾ ਜਿਹਦੇ ਕੋਈ ਸਹਾਰਾ ਨਹੀਂ ਸੀ ਦਿੱਤੇ ਤਾਂ ਦੇਸ਼ ਨੂੰ ਮਾਰਿਆ ਮੈਂ ਕਿ ਮਾਤਾ ਗੁਜਰੀ ਸਰਹੰਦ ਵਿੱਚ ਗੁਜਰੀ ਸਮਾਂ ਗੁਜਰਦਾ ਜਿਵੇਂ ਗੁਜਾਰਿਆ ਮੈਂ ਚਾਰ ਪੁੱਤਰ ਸੀ ਬਖਸ਼ੀ ਪਰਮਾਤਮਾ ਨੇ ਜੋੜਾ ਜੋੜਾ ਕਰਕੇ ਸੀ ਮਾਰਿਆ ਮੈਂ ਕਿਵੇਂ ਮਤ ਸੈਨ ਸਾਹਿਬ ਤੋਂ ਸੀ ਕੋਈ ਕਿਸਦਾ ਨਾਮ ਬੰਕਰ ਜੋ ਤਾਰਿਆ ਮੈਂ ਸਰਦਾਰੀ ਬੜੀ ਔਖੀ ਮਿਲੀ ਆ ਰਾਜ ਦੇ ਮੁੰਡੇ ਦਾ ਫੁਰਜ ਹਰੀ ਸਿੰਘ ਪੈਂਦਾ ਰਾਜਕੋਟ ਦਾ ਏਰੀਆ ਬਹੁਤ ਦੁੱਖੋ ਸਾਹਮਣੇ ਕਿਤੇ ਹਲਕਾ ਟੱਪ ਕੇ ਨੰਬਰ ਸਮੇਂ ਧਾਰੀ ਦੀ ਦੋਸਤੀ ਜੁੜਦਾ ਹੋਇਆ ਪਾਲ ਚੁੱਕਰਾ ਕਬੱਡੀ ਆਮ ਇਤਬਾਰ ਦਾਖਾ ਤੇ ਸੂਜਾਪੁਰ ਸ਼ਨੀ ਸਾਡਾ ਵੀਰ ਸੂਜਾਪੁਰ ਹੀ ਆਪਣੀ ਟੀਮ ਲੈ ਕੇ ਆਇਆ ਹੈ ਦਾਖਾ ਤੇ ਸੂਜਾਪੁਰ ਬਾਕੀ ਸੂਜਾਪੁਰ ਦੀ ਟੀਮ ਕਿੱਥੇ ਸੂਜਾਪੁਰ ਸੂਜਾਪੁਰ ਦੀ ਟੀਮ ਤੇ ਦਾਖਾ ਉਹ ਦੋਨੋਂ ਟੀਮਾਂ ਮੇਰੀ ਗਰਾਊਂਡ ਵਿੱਚ ਆ ਜਾਣ ਸੂਜਾਪੁਰ ਤੇ ਦਾਖਾ ਕਿਰਪਾ ਕਰਕੇ ਟੀਮਾਂ ਗਰਾਊਂਡ ਵਿੱਚ ਆ ਜਾਣ ਸੂਜਾਪੁਰ ਵਰਸੇ ਦਾਖਾ ਟੀਮ ਜਲਦੀ ਇਤਲਾ ਟੀਮਾਂ ਗਰਾਊਂਡ ਵਿੱਚ ਆ ਜਾਣਗੀਆਂ ਸੂਜਾਪੁਰ ਤੇ ਦਾਖਾ ਕਾਕਾ ਵੀਰ ਨੂੰ ਸੰਪਰਕ ਕਰ ਲਵੇ ਕਾਕਾ ਵੀਰ ਕਿਉਂਕਿ ਕਾਕੂ ਦੇ ਸਾਡੇ ਵੀਰ ਤੇ ਵੱਡੀ ਜ਼ਿੰਮੇਵਾਰੀ ਦੇ ਟੂਰਨਾਮੈਂਟ ਦੇ ਉੱਤੇ ਕਿਉਂਕਿ ਸਾਡੇ ਵੀਰਾਂ ਨੇ ਰਲ ਮਿਲ ਕੇ ਵੱਡਾ ਭਾਲਾ ਕੀਤਾ ਹੈ ਆਉਣ ਵਾਲੀ 14 ਜਾਂ 11 ਤਰੀਕ ਜਾਂ 13 ਹੋਵੇਗੀ ਇਸੇ ਪਿੰਡ ਦੇ ਵਿੱਚ ਕਬੱਡੀ 67 ਕਿਲੋ ਦਾ ਪਹਿਲਾ ਨੰਬਰ 11,000 ਰੁਪਇਆ ਸਾਡਾ ਵੀਰ ਹੈ ਸ਼ਿੰਗਾਰਾ ਸੈਂਪੀ ਤੇ ਲਾਰਾ ਸਾਡਾ ਵੀਰ ਕਹਿੰਦੇ ਵੀ ਸਾਡੇ ਵੱਲੋਂ ਦਿੱਤਾ ਜਾਵੇਗਾ 12 ਜਾਂ 14 ਫਰਵਰੀ ਜਾਂ 13 ਜਾਂ 24 ਤਰੀਕ ਰੱਖਾਂਗੇ ਸਾਡੇ ਵੀਰ ਸੂਜਾਪੁਰ ਤੇ ਦਾਖਾ ਬਾਈ ਜੀ ਟੀਮਾਂ ਕੋਲ ਗਰਾਊਂਡ ਚ ਨੇ ਆ ਜਾਓ ਵੀਰੇ ਗਰਾਊਂਡ ਚ ਦਾਖਾ ਦੇ ਆਓ ਵੀਰੇ ਸੂਜਾਪੁਰ ਕਿੱਥੇ ਬਾਈ ਜੀ ਸੂਜਾਪੁਰ ਠੀਕ ਹੈ ਵੀਰੇ ਆ ਜਾਓ ਬੱਚਾ ਚਲੋ ਜੀ ਸੂਜਾਪੁਰ ਤੇ ਦਾਖੇ ਦਾ ਮੈਚ ਅਗਲਾ ਖੇਡਿਆ ਜਾਵੇਗਾ ਸਾਡੀ ਬੇਨਤੀ ਹੈ ਉਸ ਤੋਂ ਬਾਅਦ ਜਿਹੜਾ ਅਗਲਾ ਮੈਚ ਜਿਹੜੀਆਂ ਬਾਹਰ ਖੜਣਗੀਆਂ ਕਿਰਪਾ ਕਰਕੇ ਸਾਡੀ ਬੇਨਤੀ ਹੈ ਅੱਗੇ ਤੇ ਨੈਣੇਵਾਲ ਨਾਟੂਵਾਲ ਤੇ ਹਿਸਵਾਲ ਵੀ ਜੱਗਾ ਸਾਡਾ ਵੀਰ ਹੈ ਖੁਰਦ ਕਾਕੇ ਵੀਰੇ ਉੱਧਰ ਸਾਡਾ ਵੀਰ ਹੈ ਇੱਕ ਵਾਰੀ ਖੁੱਲ ਕੇ ਤਾੜੀ ਮਾਰੋ ਪ੍ਰਬੰਧਕਾਂ ਦੇ ਨਾਮ ਤੇ ਜਿਹੜੇ ਵਧੀਆ ਪ੍ਰਬੰਧ ਕਰਿਆ ਨੇ ਸੋਚਣੀਆਂ ਮੁੰਡਿਆਂ ਦੀ ਵਧੀਆ ਸਾਡੀ ਰੱਖੀ ਹੈ ਕਿਉਂਕਿ ਇਹਨਾਂ ਵਿੱਚ ਬਈ ਬੰਦੇ ਨੇ ਸਟਾਰ ਕਰਨਾ ਦੇ ਚਾਹੀਦੇ ਪਿੰਡ ਪਿੰਡ ਦੇ ਵਿੱਚ ਮੈਂ ਚਾਹੁੰਦਾ ਵੀ ਹਰ ਪਿੰਡ ਦੇ ਵਿੱਚ ਇੱਕ ਟੂਰਨਾਮੈਂਟ ਬਦਲੀ ਹੋਣਾ ਚਾਹੀਦਾ ਸੋਨੀ ਬਾਈ ਕਿਉਂਕਿ ਜਿਹਨਾਂ ਨੇ ਕਬੱਡੀ ਖੇਡੀ ਨੂੰ ਪਤਾ ਵੀ ਕਬੱਡੀ ਜਿਹੜੀ ਬਦਲੀ ਖਤਮ ਹੋ ਚੁੱਕੀ ਹੈ ਪਰ ਸਾਡੇ ਜਦੋਂ ਕਾਕੇ ਵੀ ਨਾਲ ਗੱਲ ਹੋਈ ਤਾਂ ਕਾਕੇ ਕਹਿੰਦੇ ਵੀ ਆਪਾਂ ਬੱਚਿਆਂ ਦੇ ਮੈਚ ਹੀ ਕਰਾ ਕਰਨੇ ਆ ਚਾਹੇ ਆਪਾਂ ਸਾਲ ਦੇ ਵਿੱਚ 5 ਕਰਾ ਦੇ ਚਾਹੇ 6 ਕਰਾ ਦੇ ਮਹੀਨੇ ਦੇ ਵਿੱਚ ਮਹੀਨੇ ਤੋਂ ਬਾਅਦ ਜਿਹੜਾ ਮੈਚ ਹੋਇਆ ਚਲੇਗਾ ਉਹ ਤਾਂ ਸਾਡਾ ਵੀ ਸ਼ਿੰਗਾਰੀ ਹਨ ਨੇ ਐਲਾਨ
ਪਰ ਤੁਹਾਰੀ ਸਿੰਘ ਵਾਲਾ ਟੀਮ ਜਿਹੜੀ ਜਿੱਤੂ ਰਿਆ ਮੇਰੇ ਵਿੱਚੋਂ ਪਰ ਤੁਹਾਰੀ ਸਿੰਘ